Oh, c'est de ouf. Oh, Sidhu, ਜਿਹੜਿਆ ਨਕਲੀ ਦੰਦ ਲਾਇਆ ਨਾ, ਇਹਨਾਂ ਦੇ ਪੈਸੇ ਮੋੜ ਦੇ ਤੂੰ। ਬਾਕੀ ਗੱਲਾਂ ਤਾਂ ਬਾਅਦ 'ਚ ਕਰਾਂਗੇ ਪੁੱਤ, ਹੁਣ ਤਾਂ ਨੀਂਦ ਆਉਂਦੀ ਹੈ ਜੱਟ ਨੂੰ। ਉਹ ਭਰਾਵਾ ਹੁਣ ਦੇਖ ਲਾ, ਤੇਰੀ ਪੂਰੀ ਲਾਈਫ ਤਾਂ ਦੇਖੀ ਨਹੀਂ ਗੀ ਹੈ ਨਾ, ਜੱਟ ਥੋੜ੍ਹਾ ਬਿਜ਼ੀ ਸੀਗਾ। ਪਰ ਤੂੰ ਬਾਰ ਬਾਰ ਆਖੀ ਨਾ ਕਿ 3 ਸਾਲ ਪਹਿਲਾਂ ਇਹ ਕਿੱਥੇ ਸੀਗੇ, ਤੇ ਭਰਾਵਾ ਤੂੰ ਕਿੱਥੇ ਫਿਰਦਾ ਸੀ, ਤੂੰ ਕਿੱਥੇ ਸੀਗਾ ਉਹ ਦੱਸ ਦੇ। ਜਦੋਂ ਤੂੰ ਸਟੂਡੀਓ ਆਇਆ ਸੀਗਾ, ਅਸੀਂ ਤੇਰੇ ਕੋਲ ਆਏ ਕਿ ਤੂੰ ਸਾਡੇ ਕੋਲ ਆਇਆ ਉਹ ਦੱਸ ਦੇ ਲੋਕਾਂ ਨੂੰ। ਤੂੰ ਸਾਡੇ ਕੋਲ ਆਇਆ ਭਰਾ, ਆਉਂਦਾ ਸੀਗਾ ਭਰਾ ਮੈਂ ਤੁਹਾਡੀ ਵੀਡੀਓ ਦੇਖੀ ਹੋ ਪੰਜਾਬ 'ਚੋਂ ਬੈਠੀ, ਤੁਸੀਂ ਬਹੁਤ ਘੈਂਟ ਰੈਪ ਕਰਦੇ ਹੋ ਬ੍ਰੋ, ਬਰਡ ਤੇਰੀ ਤਾਂ ਬੀਟਾਂ ਹੀ ਬਾਹਲੀ ਵਧੀਆ ਬ੍ਰੋ। ਸੋ ਬ੍ਰੋ ਡੋਨਟ ਐਵਰ ਗੈਟ ਇਟ ਟਵਿਸਟਡ, ਤੂੰ ਸਾਡੇ ਕੋਲ ਆਇਆ ਸੀ, ਤੂੰ ਸਾਡਾ ਕੰਮ ਚਲਾਇਆ ਭਰਾਵਾ, ਅਸੀਂ ਇੱਥੇ ਰਹਿੰਦੇ ਹਾਂ, ਸਾਨੂੰ ਰੈਪ ਰੂਪ ਨਹੀਂ ਚਾਹੀਦਾ, ਗਾਣੇ ਗੁਣੇ ਨਹੀਂ ਚਾਹੀਦੇ, ਬੜੇ ਕੰਮ ਕੀਤੇ ਆ ਬ੍ਰੋ। ਗੀਤਕਾਰੀ ਦੀ ਗੱਲਾਂ ਕਰਦਾ ਸਾਲਾ, ਇੱਥੇ ਤੇ ਨਾਲ ਇਹਨਾਂ ਨੇ ਆਰੋਪ ਲਾਏ ਆ ਕਠਾਰ ਮੇਲੇ ਤੋਂ ਫਿਰ ਜੱਟੀ ਜੋਣੇ ਮੋੜੜ ਕਰਨਾ ਜਲਾ ਕਨਵਰ ਗਰੇਵਾਲ ਸਾਰੇ ਨੇ ਮਸਲੇ ਦੱਸੇ ਹੋਏ, ਅਤਰ ਨਾਲ ਦੱਸਿਆ ਕਿ ਸਾਡਾ ਗਾਣਾ ਕਟਾ ਦਿੱਤਾ ਯੂਟਿਊਬ ਤੋਂ, ਫਿਰ ਉੱਥੇ ਬਿੱਗ ਬੋਏ ਡੂਬ ਨੇ ਦਿੱਤਾ ਹੈ ਮੁਰਸਾ ਦੀ ਹੱਦ ਹੁੰਦੀ ਹੈ, ਅਤੇ ਨਾਲ ਹੀ ਉਹਨਾਂ ਨੇ ਆਪਣੀ ਸਟੋਰੀਆਂ 'ਚ ਪਾਇਆ ਕਿ ਸਾਡਾ ਯੂਟਿਊਬ ਤੋਂ ਸੌਂਗ ਕਟਾ ਦਿੱਤਾ, ਇਹ ਸੌਂਗ ਸਿੱਧੂ ਦੇ ਸੀ, ਅਤੇ ਨਾਲ ਹੀ ਉਹਨਾਂ ਨੇ ਸਿੱਧੂ ਨੂੰ ਗਾਲਾਂ ਕੱਢੀਆਂ। ਧੰਨਵਾਦ, ਸਬਸਕ੍ਰਾਈਬ।